ਪ੍ਰੋਪਰਟੀ ਡੀਲਰਾਂ ਵੱਲੋਂ ਲੋਕਾਂ ਨਾਲ ਕੀਤੀ ਜਾ ਰਹੀ ਧੋਖਾਧੜੀ ਕਾਰਨ ਲੋਕ ਪਹਿਲਾਂ ਹੀ ਕਾਫੀ ਪਰੇਸ਼ਾਨ ਹੋਏ ਪਏ ਹਨ। ਇਸੇ ਦੌਰਾਨ ਇੱਕ ਮਾਮਲਾ ਖਰੜ ਤੋਂ ਆਇਆ ਹੈ ਜਿੱਥੇ ਇੱਕ ਔਰਤ ਅਤੇ ਇੱਕ ਆਦਮੀ ਵੱਲੋਂ 36 ਵਿਅਕਤੀਆਂ ਨਾਲ ਧੋਖਾਧੜੀ ਕੀਤੀ ਗਈ ਕਿ ਕਰੀਬ ਕਰੋੜਾਂ ਰੁਪਈਆ ਲੋਕਾਂ ਨੂੰ ਚੂਨਾ ਲਾਇਆ ਗਿਆ। ਇਸ ਸੰਬੰਧੀ DSP ਖਰੜ ਰੁਪਿੰਦਰ ਕੌਰ ਸੋਹੀ ਵੱਲੋਂ ਜਾਂਚ ਕਰਨ ਤੋਂ ਬਾਅਦ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਵਿੱਚ ਇੱਕ ਔਰਤ ਇੱਕ ਆਦਮੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਲੋਕਾਂ ਨੂੰ ਜ਼ਮੀਨਾਂ ਦਿਵਾਉਣ ਦੇ ਬਦਲੇ ਕਰੋੜਾਂ ਰੁਪਏ ਇਕੱਠੇ ਕੀਤੇ ਅਤੇ ਉਹਨਾਂ ਨੂੰ ਪ੍ਰੋਪਰਟੀ ਨਹੀਂ ਉਪਲਬਧ ਕਰਾ ਸਕੀਆਂ। ਆ ਤੁਹਾਨੂੰ ਦਿਖਾਉਂਦੇ ਹਾਂ DSP ਰੁਪਿੰਦਰ ਕੌਰ ਸੋਹੀ ਵੱਲੋਂ ਕੀਤੀ ਜਾਣਕਾਰੀ ਸਾਂਝੀ। Thank you.